ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਕ ਬਾਣੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਾਂ ਦਰਸ਼ਕੂ ਮੈਂ ਅਕਸਰ ਕਹਿੰਨੀ ਹੁੰਨੀ ਆ ਇਕ ਬਾਣੀ ਚੈਨਲ ਹੈ ਜਿਹੜਾ ਇਹਦੇ ਸਾਰੇ ਹੀ ਦਰਸ਼ਕ ਜਿੰਨੇ ਵੀ ਵਿਊਅਰਸ ਇਹਨੂੰ ਦੇਖਦੇ ਨੇ ਸਾਰੇ ਸਾਡਾ ਪਰਿਵਾਰ ਨੇ ਤਾਂ ਇਸ ਪਰਿਵਾਰ ਦੇ ਵੱਲੋਂ ਸਮੇਂ-ਸਮੇਂ ਤੇ ਬਹੁਤ ਜ਼ਿਆਦਾ ਸਾਥ ਵੀ ਦਿੱਤਾ ਜਾਂਦਾ ਹੈ ਅਸੀਂ ਨਾ ਥੋੜੇ ਦਿਨ ਪਹਿਲਾਂ ਇੱਕ ਸਟੋਰੀ ਕੀਤੀ ਸੀ ਇੱਕ ਨਿੱਕੀ ਬੱਚੀ ਤੁਸੀਂ ਵੇਖ ਸਕਦੇ ਹੋ ਮੇਰੇ ਨਾਲ ਹੀ ਬੈਠੀ ਹੈ ਤਾਂ ਇਸ ਬੱਚੀ ਦੀ ਸਟੋਰੀ ਵੀ ਤੁਸੀਂ ਵੇਖੀ ਹੋਣੀ ਹੈ ਬੱਚੀ ਦਾ ਨਾਮ ਹੈ ਜਸਪ੍ਰੀਤ ਕੌਰ ਤੁਸੀਂ ਜਾਣਦੇ ਹੋ ਤਾਂ ਸਟੋਰੀ ਦਿਲ ਨੂੰ ਇੰਨੀ ਭਾਵਕ ਕਰ ਦੇਣ ਵਾਲੀ ਸੀ ਮੈਂ ਉਸ ਸਮੇਂ ਜਸਪ੍ਰੀਤ ਕੌਰ ਹੋਣਾਂ ਦਿਨਾਂ ਗੱਲ ਕਰਦੀ ਇੰਨੀ ਭਾਵਕ ਹੋ ਗਈ ਸੀ ਤੇ ਜਿੰਨਾਂ ਜਿੰਨਾਂ ਨੇ ਵੀ ਸਟੋਰੀ ਦੇਖੀ ਬਹੁਤ ਸਾਰੇ ਜਿਹੜੇ ਸਾਡੇ ਕਿੰਨੇ ਸਾਰੇ ਗਵਾਨੀ ਚੈਨਲ ਦੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਸਾਨੂੰ ਫੋਨ ਕਾਲਸ ਵੀ ਆਏ ਬਹੁਤ ਜ਼ਿਆਦਾ ਸਾਰੇ ਭਾਵੁਕ ਹੋ ਗਏ ਸੀ ਕਿਉਂਕਿ ਬੱਚੀ ਨਿੱਕੀ ਜਿਹੀ ਬੱਚੀ ਬਹੁਤ ਵੱਡੀ ਬਿਮਾਰੀ ਦੇ ਨਾਲ ਜੂਝ ਰਹੀ ਹੈ ਥੈਲਸਟਿਮੀਆ ਨਾਮ ਦੀ ਬਿਮਾਰੀ ਜਾਨੀ ਕਿ ਇੱਕ ਤਰ੍ਹਾਂ ਦਾ ਬਲੱਡ ਕੈਂਸਰ ਹੈ ਇਸ ਬੱਚੀ ਨੂੰ ਮੈਂ ਉਸ ਸਟੋਰੀ ਦੇ ਵਿੱਚ ਵੀ ਦੱਸਿਆ ਸੀ ਕਿ ਬੱਚੀ ਬਹੁਤ ਦੁੱਖ ਤਕਲੀਫ ਦੇ ਵਿੱਚੋਂ ਲੰਘ ਰਹੀ ਹੈ ਬਹੁਤ ਤਕਲੀਫ ਹੁੰਦੀ ਹੈ ਇਸ ਬੱਚੇ ਨੂੰ ਚਾਹੇ ਬਲੱਡ ਚੜਾਉਣ ਦੇ ਸਮੇਂ ਗੱਲ ਕੀਤੀ ਜਾਵੇ ਅਰ ਦੂਸਰਾ ਨਾ ਉਸ ਤੋਂ ਬਾਅਦ ਮੈਨੂੰ ਕੁਝ ਮਤਲਬ ਆਪਣੀ ਸਾਡੀ ਪਾਣੀ ਚੈਨਲ ਦੇ ਪਰਿਵਾਰ ਹੀ ਕਹਿ ਲਓ ਸਾਰੇ ਵੈਲਵਿਸ਼ਰੀ ਨੇ ਸਾਡੇ ਕਾਲਸ ਜੇ ਵੀ ਆਈਆਂ ਕਿ ਕਸ਼ਮੀਰ ਦੇ ਵਿੱਚ ਨਾ ਕਿ ਇੱਕ ਹਸਪੀਟਲ ਹੈ ਕਾਫੀ ਵੱਡਾ ਹਸਪੀਟਲ ਉੱਥੇ ਬਲੱਡ ਜਿਹੜਾ ਅਰੇਂਜ ਹੋ ਜਾਂਦਾ ਤੇ ਮੈਂ ਇਸ ਗੱਲ ਨੂੰ ਵੀ ਨਾ ਪੁੱਛਿਆ ਕਿ ਹਾਂ ਅਗਰ ਬਲੱਡ ਅਰੇਂਜ ਹੋ ਜਾਂਦਾ ਤਾਂ ਜਿਵੇਂ ਦੱਸਿਆ ਸੀ ਕਿ ਜੰਮੂ ਕਾਤੇ ਆਉਂਦੇ ਨੇ ਜੰਮੂ ਨੂੰ ਆਉਂਦੇ ਨੇ ਇਹ ਬਲੱਡ ਚੇਂਜ ਕਰਵਾ ਤਾਂ ਮੈਨੂੰ ਪਤਾ ਚੱਲਿਆ ਕਿ ਸਿਰਫ ਸ਼ਾਲਾਮਾਰ ਹਸਪੀਟਲ ਹੈ ਜਿੱਥੇ ਇਸ ਥੈਲੇਸੀਮੀਆ ਨਾਮ ਦੀ ਬਿਮਾਰੀ ਦੇ ਵਿੱਚ ਜਿਹੜਾ ਬਲੱਡ ਚੜਦਾ ਹੈ ਉਹਦੇ ਵਿੱਚ ਜਿਹੜਾ ਫਿਲਟਰ ਇੱਕ ਯੂਜ਼ ਹੁੰਦਾ ਹੋਣਾ ਮੈਨੂੰ ਕਿਉਂਕਿ ਜ਼ਿਆਦਾ ਮੈਂ ਮੈਡੀਕਲ ਲਾਈਨ ਬਾਰੇ ਨਹੀਂ ਜਾਣਦੀ ਤਾਂ ਫਿਲਟਰ ਜਿਹੜਾ ਯੂਜ਼ ਹੁੰਦਾ ਹੋਣਾ ਉਹ ਫਿਲਟਰ ਸ਼ਾਲਾਮਾਰ ਹਸਪੀਟਲ ਵਿੱਚ ਹੀ ਐ ਇਸ ਕਰਕੇ ਇਹਨਾਂ ਨੂੰ ਕਸ਼ਮੀਰ ਤੋਂ ਜਿਹੜਾ ਇੱਥੇ ਜੰਮੂ ਆਉਣਾ ਪੈਂਦਾ ਸ਼ਾਲਾਮਾਰ ਹਸਪੀਟਲ ਵਿੱਚ ਇਹਨਾਂ ਨੂੰ ਜਿਹੜਾ ਬਲੱਡ ਉੱਥੇ ਹੀ ਇਹਨਾਂ ਨੂੰ ਡੋਨਰਸ ਆ ਕੇ ਦਿੰਦੇ ਨੇ ਜਾਂ ਆਪੇ ਇਹਨਾਂ ਦੇ ਫਾਦਰ ਸਾਹਿਬ ਬਹੁਤ ਵਾਰੀ ਬਲੱਡ ਦੇ ਚੁੱਕੇ ਨੇ ਹੁਣ ਡਾਕਟਰ ਨੇ ਉਹਨਾਂ ਨੂੰ ਮਨਾ ਕੀਤਾ ਹੁਣੇ ਲਾਈਵ 'ਨ ਮੈਂ ਦੁਬਾਰਾ ਤੋਂ ਗੱਲ ਕਰਨ ਨੂੰ ਨਹੀਂ ਕੀਤਾ ਸੀਗਾ ਮੈਂ ਉਨਾ ਸਾਰੇ ਵੀਰ ਭੈਣ ਭਰਾਵਾਂ ਦਾ ਧੰਨਵਾਦ ਕਰਨ ਦੇ ਲਈ ਇਸ ਲਾਈਵ ਦੇ ਵਿੱਚ ਆਪਾਂ ਜਸਪ੍ਰਿਤ कौर ਹੋਣਾ ਨੂੰ ਨਾਲ ਲਿਆ ਕਿਉਂਕਿ ਇਹ ਬੱਚੀ ਹੈ ਨਾ ਪਹਿਲਾਂ ਪਤਾ ਨਹੀਂ ਇਸ ਬੱਚੀ ਨੂੰ ਕਿੰਨੀ ਐਟੈਚਮੈਂਟ ਹੋ ਗਈ ਹੈ ਮੇਰੇ ਨਾਲ ਵੀ ਔਰ ਮੈਨੂੰ ਵੀ ਇਸ ਬੱਚੀ ਦੇ ਨਾਲ ਕਿਉਂਕਿ ਮੈਂ ਬਹੁਤ ਜ਼ਿਆਦਾ ਭਾਵੁਕ ਹੋ ਗਈ ਸੀ ਇਸ ਬੱਚੀ ਨੂੰ ਵੇਖ ਕੇ ਤਾਂ ਇਹ ਬੱਚੀ ਨੇ ਨਾ ਸਾਰਿਆਂ ਦਾ ਧੰਨਵਾਦ ਕਰਨਾ ਸੀਗਾ ਕਿਉਂਕਿ ਮੈਂ ਤੁਹਾਨੂੰ ਦੱਸ ਦਿਆਂ ਕਿ 48 ਘੰਟੇ ਵੀ ਪੂਰੇ ਨਹੀਂ ਹੋਏ ਸਾਡੀ ਸਟੋਰੀ ਚੱਲੀ ਨੂੰ ਇੰਨੇ ਸਾਰੇ ਵੀਰ ਭੈਣ ਭਰਾ ਜਿਨ੍ਹਾਂ ਨੇ ਮਿਸਾਲ ਦਿੱਤੀ ਹੈ ਕਿ ਹਜੇ ਜਿਹੜੀ ਮਨੁੱਖਤਾ ਮਾਨਵਤਾ ਜਿਹੜੀ ਜਿਉਂਦੀ ਹੈ ਇੱਕ ਤੇ ਇਹਨਾਂ ਨੂੰ ਬਲੱਡ ਡੋਨਰਸ ਦੇ ਇੰਨੇ ਫੋਨ ਆਏ ਇੱਕ ਤੇ ਮੈਂ ਨਾਮ ਦੱਸ ਦਿਆਂ ਕਿ ਗੁਰਨਾਨਕ ਲੰਗਰ ਮਿਸ਼ਨ ਦੇ ਵੀਰ ਬਲਜੀਤ ਸਿੰਘ ਜੀ ਨੇ ਉਹਨਾਂ ਨੇ ਮੈਨੂੰ ਵੀ ਕਾਲ ਕੀਤੀ ਸੀ ਉਹਨਾਂ ਨੇ ਇਸ ਫੈਮਲੀ ਨੂੰ ਵੀ ਕਾਲ ਕੀਤੀ ਕਿ ਲਾਈਫ ਲੌਂਗ ਪਹਿਲੀ ਤਾਂ ਆਪਾਂ ਅਰਦਾਸ ਕਰੀਏ ਕਿ ਬੱਚੀ ਜਲਦ ਠੀਕ ਹੋ ਜਾਵੇ ਤੇ ਉਹਨਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਇਸ ਬੱਚੀ ਨੂੰ ਬਲੱਡ ਦੀ ਜ਼ਰੂਰਤ ਪਵੇਗੀ ਗੁਰੂ ਨਾਨਕ ਲੰਗਰ ਮਿਸ਼ਨ ਹੈ ਜਿਹੜਾ ਉਹਨਾਂ ਦੇ ਰਾਹੀਂ ਇਸ ਬੱਚੀ ਨੂੰ ਸ਼ਾਲਾ ਮਾਰਚ ਬਲੱਡ ਅਰੇਂਜ ਕਰਕੇ ਦਿੱਤਾ ਜਾਵੇਗਾ ਉਹਨਾਂ ਨੇ ਇਸ ਫੈਮਿਲੀ ਨੂੰ ਵੀ ਕਿਹਾ ਇਹਨਾਂ ਦੇ ਪੇਰੈਂਟਸ ਨੂੰ ਵੀ ਕਿ ਕਿ ਕਦੀ ਵੀ ਇਹਨਾਂ ਨੂੰ ਇੱਥੇ ਆ ਕੇ ਜੰਮੂ ਆ ਕੇ ਬਲੱਡ ਦੇ ਲਈ ਘਰੋਂ ਦੀ ਜ਼ਰੂਰਤ ਨਹੀਂ ਹੈਗੀ ਇਹਨਾਂ ਦੇ ਲਈ ਬਲੱਡ ਉਹਨਾਂ ਦੇ ਰਾਹੀਂ ਅਰੇਂਜ ਕੀਤਾ ਜਾਵੇਗਾ ਜਿੰਨੀ ਦੇਰ ਤੱਕ ਇਸ ਬੱਚੀ ਨੂੰ ਬਲੱਡ ਦੀ ਜ਼ਰੂਰਤ ਹੋਵੇਗੀ ਤਾਂ ਪਾਲ ਗੁਰੂ ਨਾਨਕ ਲੰਗਰ ਮਿਸ਼ਨ ਦੀ ਟੀਮ ਦਾ ਵੀ ਧੰਨਵਾਦ ਕਰਦੇ ਹਾਂ ਕਿ ਜੋ ਮੈਨੂੰ ਕਾਲ ਆਈ ਹੈ ਇਸ ਫੈਮਿਲੀ ਨੂੰ ਵੀ ਕਾਲ ਕੀਤੀ ਗਈ ਹੈ ਦੇ ਨਾਲ ਹੀ ਇਸ ਪਰਿਵਾਰ ਦੇ ਨਾਲ ਜਦੋਂ ਗੱਲਬਾਤ ਹੋਈ ਹੈ ਇਹ ਹੁਣ ਜੰਮੂ ਆਏ ਹੋਏ ਨੇ ਇਸ ਬੱਚੀ ਨੂੰ ਬਲੱਡ ਚੇਂਜ ਕਰਵਾਉਣ ਦੇ ਲਈ ਚੜਵਾਉਣ ਦੇ ਲਈ ਤਾਂ ਜਦੋਂ ਫੈਮਿਲੀ ਦੇ ਨਾਲ ਗੱਲ ਬਹੁਤ ਦਿਲਮੀਰ 24 ਜਿੱਥੇ ਦੇ ਰਹਿਣ ਵਾਲੇ ਨੇ ਉੱਥੇ ਬਹੁਤ ਸਾਰੇ ਵੀਰ ਭੈਣ ਭਰਾ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਮਨੁੱਖਤਾ ਜਿਉਂਦੀ ਹੈ ਜਿਨ੍ਹਾਂ ਦਾ ਅੰਦਰ ਨ ਝੰਡੋੜਿਆ ਗਿਆ ਜਦੋਂ ਇਸ ਬੱਚੀ ਨੂੰ ਦੇਖਿਆ ਕਿ ਇੰਨੀ ਛੋਟੀ ਬੱਚੀ ਇੰਨੀ ਵੱਡੀ ਬਿਮਾਰੀ ਨਾਲ ਜੂਝ ਰਹੀ ਹੈ ਤਾਂ ਨਾਲ ਹੀ ਉਹਨਾਂ ਨੂੰ ਫਾਈਨੈਂਸ਼ਲੀ ਵੀ ਬਹੁਤ ਸਪੋਰਟ ਕੀਤੀ ਗਈ ਤੁਹਾਨੂੰ ਮੈਂ ਦੱਸ ਦਿਆਂ 48 ਘੰਟੇ ਵੀ ਹਜੇ ਤੱਕ ਪੂਰੇ ਨਹੀਂ ਹੋਏ ਤੇ ਇਸ ਬੱਚੇ ਦੇ ਅਕਾਊਂਟ ਦੇ ਵਿੱਚ ਲਗਭਗ ਮਦਦ ਦੇ ਤੌਰ ਦੇ ਉੱਤੇ ਇਸ ਬੱਚੇ ਦੇ ਇਲਾਜ ਦੇ ਲਈ ਲਗਭਗ ਹੁਣ ਤੱਕ 3 ਲੱਖ ਰੁਪਈਆ ਜਿਹੜਾ ਜਿਹੜਾ ਡੋਨੇਟ ਹੋ ਗਿਆ 3 ਲੱਖ ਰੁਪਈਆ ਹੁਣ ਤੱਕ ਆ ਗਿਆ ਹੋਇਆ ਹੈ ਜੋ ਇਸ ਬੱਚੀ ਦੇ ਸਿਰਫ ਤੇ ਸਿਰਫ ਇਲਾਜ ਦੇ ਲਈ ਵਰਤਿਆ ਜਾਵੇਗਾ ਔਰ ਮੈਂ ਬੜੀ ਹੈਰਾਨ ਹੋਈ ਆ ਇੱਕ ਪਤਾ ਨਹੀਂ ਕਿਹੜੇ ਵੀਰ ਨੇ ਇੱਕ ਤਾਂ ਹੁੰਦਾ ਇੱਕ ਤਾਂ ਮਤਲਬ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਇੱਕ ਵੀਰ ਨੇ ਕੋਈ ਵਿਕਰਮ ਸਿੰਘ ਉਹਨਾਂ ਦਾ ਨਾਮ ਹੈ ਕੋਈ ਡਿਟੇਲ ਨਹੀਂ ਹੈ ਉਹਨਾਂ ਦੀ ਕੋਈ ਕੁਛ ਨਹੀਂ ਹੈ ਸਾਨੂੰ ਕੁਝ ਵੀ ਪਤਾ ਨਹੀਂ ਚੱਲਿਆ ਉਹਨਾਂ ਨੇ 1 ਲੱਖ ਰੁਪਏ ਜਿਹੜਾ ਡੋਨੇਟ ਕੀ 1 ਲੱਖ ਰੁਪਏ ਇਸ ਬੱਚੀ ਦੇ ਅਕਾਊਂਟ ਵਿੱਚ ਵੀਰ ਵਿਕਰਮ ਸਿੰਘ ਜੀ ਨੇ ਮੈਂ ਨਹੀਂ ਜਾਣਦੀ ਇਹ ਕੌਣ ਨੇ ਲੇਕਿਨ ਉਹਨਾਂ ਦੇ ਵੱਲੋਂ 1 ਲੱਖ ਰੁਪਏ ਜਿਹੜਾ ਪਾਇਆ ਗਿਆ ਤੇ ਨਾਲ ਹੀ ਕਿਸੇ ਦੇ ਵੱਲੋਂ ਸਰ ਦਾ ਬੰਦਾ ਪੁੱਛਤਾ ਜੀ ਨੇ 200 ਵੀ ਪਾਇਆ ਕਿਸੇ ਨੇ 500 ਵੀ ਪਾਇਆ ਕਿਸੇ ਨੇ 5000 ਵੀ ਪਾਇਆ ਡਾਕਟਰ ਸੰਦੀਪ ਕਸ਼ਮੀਰ ਤੋਂ ਉਹਨਾਂ ਦੀ ਮੈਨੂੰ ਕਾਲ ਆਈ ਉਹਨਾਂ ਨੇ ਵੀ ਆਪਣੇ ਵੱਲੋਂ ਦਾਨ ਦਿੱਤਾ ਜਿੰਨਾ ਵੀ ਹੋ ਸਕਦਾ ਇਸ ਬੱਚੀ ਦੀ ਮਦਦ ਕੀਤੀ ਹੈ ਬਹੁਤ ਸਾਰੇ ਔਰ ਜਿਹੜੇ ਜਿਹੜੇ ਵੀਰ ਚਾਹੁੰਦੇ ਨੇ ਕਿ ਕਿਸੇ ਨੇ 500 200 5000 ਜਿੰਨੀ ਵੀ ਮਦਦ ਕੀਤੀ ਹੈ ਨਾ ਮੈਨੂੰ ਨਾਮ ਨਹੀਂ ਪਤਾ ਉਹਨਾਂ ਦੇ ਮੇਰੇ ਕੋਲ ਡਿਟੇਲ ਨਹੀਂ ਹੈਗੀ ਬਸ ਮੈਨੂੰ ਟੋਟਲ ਅਮਾਉਂਟ ਪਤਾ ਚੱਲਿਆ ਉਹ ਵੀ ਇਹਨਾਂ ਦੀ ਫੈਮਲੀ ਨੇ ਦੱਸਿਆ ਤਾਂ ਉਹਨਾਂ ਨੇ ਜਿਹੜੇ ਵੀ ਵੀਰੇ ਭੈਣ ਭਰਾਵਾਂ ਨੇ ਆਪਣੇ ਆਪਣੇ ਵੱਲੋਂ ਇਸ ਬੱਚੀ ਦੀ ਮਦਦ ਕੀਤੀ ਹੈ ਉਹ ਆਪਣੇ ਕਮੈਂਟ ਦੇ ਰਾਹੀਂ ਮੈਨੂੰ ਦੱਸ ਸਕਦੇ ਨੇ ਮੈਂ ਨਾਮ ਲੈ ਦਵਾਂਗੀ ਜਿਹੜੇ ਦੱਸਣਾ ਚਾਹੁੰਦੇ ਨੇ ਲੇਕਿਨ ਮੇਰੇ ਕੋਲ ਕਿਸੇ ਦਾ ਵੀ ਨਾਮ ਨਹੀਂ ਹੈਗਾ ਹੁਣੇ ਬੱਚੀ ਨਾਲ ਵੀ ਥੋੜੀ ਜੀ ਗੱਲ ਕਰਾਂਗੇ ਜੀ ਬੇਟਾ ਪਹਿਲੇ ਤਾਂ ਸਭ ਤੋਂ ਪਹਿਲਾਂ ਪਈਓ ਹੋਪ ਕਰਦੇ ਅਰਦਾਸ ਕਰਦੇ ਆ ਨਾ ਵਾਹਿਗੁਰੂ ਨੂੰ ਤੁਸੀਂ ਜਲਦੀ ਠੀਕ ਹੋ ਜਾਓਗੇ ਤੇ ਕਿੰਨੇ ਸਾਰੇ ਫੋਨ ਕਾਲਸ ਆਏ ਜਦੋਂ ਸਾਰਿਆਂ ਨੇ ਦੇਖਿਆ ਕਿ ਜਸਪ੍ਰੀਤ ਕੌਰ ਨੂੰ ਇੰਨੀ ਵੱਡੀ ਬਿਮਾਰੀ ਹੈ ਤੇ ਫਿਰ ਤੁਹਾਨੂੰ ਕਾਲਸ ਆਈਆਂ ਹਨਾ ਤੇ ਕਿੱਦਾਂ ਦਾ ਫੀਲ ਹੋਇਆ ਬਹੁਤ ਸਾਰੀ ਮਦਦ ਵੀ ਕੀਤੀ ਗਈ ਪਤਾ ਤੁਹਾਨੂੰ ਕਿੰਨੇ ਲੋਕ ਤੁਹਾਡੇ ਨਾਲ ਖੜੇ ਹੋਗੇ ਅੱਜ ਪਹਿਲਾਂ ਜਸਪ੍ਰੀਤ ਕੌਰ ਕੱਲੇ ਜੰਮੂ ਤੋਂ ਇੱਥੇ ਆਉਂਦੇ ਸੀਗੇ ਤੇ ਫਿਰ ਪੇਰੈਂਟਸ ਨੂੰ ਹੀ ਸਾਰੀ ਤਕਲੀਫ ਹੁੰਦੀ ਸੀਗੀ ਹੁਣ ਤੇ ਬਹੁਤ ਜ਼ਿਆਦਾ ਸਾਰੇ ਤੁਹਾਡੇ ਦੁੱਖ ਦੇ ਵਿੱਚ ਦੁਖੀ ਹੋ ਰਹੇ ਨੇ ਹਨਾ ਤੇ ਕੀ ਕਹਿਣਾ ਚਾਹੁੰਦੇ ਜਿਹੜਾ ਨੇ ਤੁਹਾਡੀ ਹੈਲਪ ਕੀਤੀ ਹੈ ਜਿੱਦਾਂ ਹੁਣ ਤੁਹਾਨੂੰ ਬਲੱਡ ਡੋਨੇਟ ਵੀ ਕਰਨਗੇ ਬਲੱਡ ਦੀ ਵੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੈ ਤਾਂ ਕੀ ਕਹਿਣਾ ਚਾਹੁੰਦੇ ਹੋ ਕੋਈ ਮੈਸੇਜ ਕੁਝ ਕਹਿਣਾ ਚਾਹੁੰਦੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ انہوں ਨੇ ਮੇਰੀ ਮਦਦ ਕੀਤੀ ਅੱਛਾ ਇਹ ਬੱਚੀ ਸਾਰਿਆਂ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਜਿਨ੍ਹਾਂ ਨੇ ਇਸ ਦੀ ਮਦਦ ਕੀਤੀ ਹੈਗੀ ਆ ਪਰ ਨਾਲ ਹੀ ਮੈਂ ਗਲਤੀ ਵੀ ਕਰਾਂ ਕਿ ਇਸ ਨਾ ਜਦੋਂ ਮੈਂ ਆਪਣਾ ਲਾਈਵ ਕੀਤਾ ਸੀ ਨਾ ਇਸ ਬੱਚੀ ਦੇ ਨਾਲ ਇੰਟਰਵਿਊ ਸ਼ੇਅਰ ਕੀਤਾ ਸੀ ਤੁਹਾਡੇ ਨਾਲ ਮੈਂ ਉੱਥੇ ਨਹੀਂ ਬੋਲਿਆ ਸੀ ਸਾਡੀ ਸਿੱਖ ਕਮਿਊਨਿਟੀ ਦੀ ਬੱਚੀ ਹੈ ਸ਼ਾਇਦ ਉਹ ਮੇਰੇ ਸ਼ਬਦ ਜਿਹੜੇ ਗਲਤ ਸਾਬਿਤ ਹੋ ਗਏ ਸਨ ਕਿ ਹੈ ਤੇ ਸਾਡੀ ਸਿੱਖ ਕਮਿਊਨਿਟੀ ਦੀ ਬੱਚੀ ਲੇਕਿਨ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੇਖਿਓ ਹਿੰਦੂ ਵੀ ਇਸ ਬੱਚੀ ਦੇ ਲਈ ਤੜਪਿਆ ਮੁਸਲਮ ਵੀਰ ਭੈਣ ਭਰਾ ਵੀ ਸਾਡੇ ਇਸ ਬੱਚੀ ਦੇ ਲਈ ਤੜਪੇ 크ਰਿਸਚੀਅਨਸ ਵੀ ਤੜਪੇ ਉਹਨਾਂ ਨੇ ਸਾਰਿਆਂ ਨੇ ਮੈਸੇਜ ਲਿਖਿਆ ਉਹਨਾਂ ਨੇ ਇਵਨ ਮੈਨੂੰ ਵੀ ਲਿਖਿਆ ਕਿ ਤੁਸੀਂ ਸਿਰਫ ਇਹ ਨਾ ਆਖੋ ਕਿ ਸਿੱਖ ਕਮਿਊਨਿਟੀ ਦੀ ਬੱਚੀ ਹੈ ਤਾਂ ਮੁਸਲਮ ਵੀਰਾਂ ਨੇ ਹਿੰਦੂਆਂ ਨੇ ਕਿਹਾ ਕਿ ਅਸੀਂ ਵੀ ਕਸ਼ਮੀਰ ਦੇ ਵਿੱਚ ਰਹਿੰਦੇ ਹਾਂ ਇਹ ਸਾਡੀ ਕਸ਼ਮੀਰ ਦੀ ਬੱਚੀ ਹੈ ਇਹ ਅਸੀਂ ਵੀ ਉਹਨੇ ਹੀ ਦੁੱਖੀਆਂ ਜਿੰਨੇ ਸਿੱਖ ਕਮਿਊਨਿਟੀ ਸਿੱਖ ਸਮਾਜ ਇਸ ਬੱਚੀ ਦੇ ਲਈ ਮਦਦ ਕਰ ਰਿਹਾ ਇਸ ਬੱਚੀ ਦੇ ਲਈ ਦੁਖੀ ਹੈ ਤਾਂ ਬੜਾ ਇਹ ਬੜਾ ਇੱਕ ਦਿਲ ਨੂੰ ਇਦਾਂ ਵੀ ਸਕੂਨ ਮਿਲਿਆ ਕਿ ਹਾਂ ਵੇ ਵੀ ਅਸੀਂ ਯੂਨਾਈਟਾਂ ਹਲੇ ਵੀ ਸਾਡਾ ਭਾਈਚਾਰ ਆਪਸ ਦੇ ਵਿੱਚ ਕਾਇਮਾ ਕਿਉਂਕਿ Hindu ਵੀ ਦੁਖੀ ਹੋਇਆ Muslim ਵੀ ਦੁਖੀ ਹੋਇਆ Christian ਵੀਰ ਵੀ ਦੁਖੀ ਹੋਇਆ ਤਾਂ ਸਿੱਖ ਸਮਾਜ ਦੇ ਅੰਦਰੋਂ ਵਲਉਂਦਰਾ ਹੀ ਗਿਆ ਸੀਗਾ ਕਿ ਸਾਡੀ ਬੱਚੀ ਇੰਨੀ ਵੱਡੀ ਤਕਲੀਫ ਦੇ ਵਿੱਚੋਂ ਲੰਘ ਰਹੀ ਹੈ ਕੁਝ ਹੋਰ ਕਹਿਣਾ ਚਾਹੁੰਦੇ ਹੋ ਅਚਾ ਹੁਣ ਇੰਨਾ ਤੇ ਸਕੂਨ ਹੈ ਕਿ ਮਤਲਬ ਮੈਨੂੰ ਅੱਗੇ ਤੁਸੀਂ ਆ ਕੇ ਹਸਪੀਟਲ 'ਚ ਟੈਨਸ਼ਨ ਹੁੰਦੇ ਸੀ ਪਾਪਾ ਕੀ ਬਲੱਡ ਨਹੀਂ ਮਿਲੇਗਾ ਜਾਂ ਬਲੱਡ ਅਰੇਂਜ ਨਹੀਂ ਹੋਏਗਾ ਫਿਰ ਤੁਹਾਡਾ ਆਪਰੇਟ ਵੀ ਕਰਵਾਉਣਾ ਤੁਹਾਨੂੰ ਸੈੱਲ ਵੀ ਹਨਾ ਚਾਹੀਦਾ ਕੋਈ ਇੱਕ ਮੇਜਰ ਆਪਰੇਟ ਤੁਹਾਡਾ ਵੱਡਾ ਹੋਏਗਾ ਹੁਣ ਇੰਨੇ ਪੈਸਿਆਂ ਦੇ ਬਾਅਦ ਤੁਸੀਂ ਉਹ ਆਪਰੇਟ ਕਰਵਾ ਸਕਦੇ ਹੋ ਹਨਾ ਜਾਂ ਜਿੰਨੇ ਵੀ ਪੈਸੇ ਹੋਣਗੇ ਤਾਂ ਹੁਣ ਇਦਾਂ ਹੁੰਦਾ ਕਿ ਪਾਪਾ ਨੂੰ ਜ਼ਿਆਦਾ ਟੈਨਸ਼ਨ ਨਹੀਂ ਹੋਏਗੀ ਕਿਉਂਕਿ ਕਿੰਨੇ ਸਾਰੇ ਲੋਕ ਤੁਹਾਡੇ ਨਾਲ ਖੜ੍ਹ ਗਏ ਨੇ ਹਾਂਜੀ ਤੇ ਫਿਰ ਕਿ ਉਦੋਂ ਤੇ ਤੁਸੀਂ ਇੰਨੀ ਤੱਕ ਇਦਾਂ ਹੁੰਦਾ ਸੀਗਾ ਕਿ ਜਾ ਕੇ ਪਤਾ ਨਹੀਂ ਜੰਮੂ ਕੀ ਹੋਏਗਾ ਹੁਣ ਤਾਂ ਬਹੁਤ سارے ਜੰਮੂ ਦੇ ਲੋਕ ਵੀ ਜੰਮੂ ਦੇ ਜਿਹੜੇ ਸਾਡੇ ਸਾਰੇ ਪਾਈਚਾਰਾ ਵਾ ਹਨਾ ਉਹ ਉਹ ਤੁਹਾਡੇ ਨਾਲ ਖੜਿਆ ਤੇ ਕੀ ਕਹਿੰਦੇ ਹੋ ਹੁਣ ਕੋਈ ਜ਼ਿਆਦਾ ਟੈਨਸ਼ਨ ਨਹੀਂ ਹੈ ਬਸ ਇਹੋ ਟੈਨਸ਼ਨ ਹੈ ਜਲਦੀ ਜਲਦੀ ਅਰਦਾਸ ਕਰੋ ਮੈਂ ਠੀਕ ਹਾਂ ਹਾਂਜੀ ਕੀ ਕਹਿੰਦੇ ਹੋ ਵਾਹਿਗੁਰੂ ਨੂੰ ਕੀ ਅਰਦਾਸ ਕਰੋਗੇ ਵਾਹਿਗੁਰੂ ਜਲਦੀ ਠੀਕ ਹੋ ਜਾਣਾ ਇਹ ਬੱਚੀ ਦੇਈ ਹੋਰ ਦੱਸ ਹੈ ਕਿ ਬਸ ਹੁਣ ਤੇ ਮਤਲਬ ਜੋ ਟੈਨਸ਼ਨ ਆਪਣੇ ਫਾਦਰ ਸਾਹਿਬ ਨੂੰ ਦੇਖਦੀ ਹੋਏ ਕਿ ਬਹੁਤ ਪਰੇਸ਼ਾਨ ਸੰ ਰਹਿੰਦੇ ਹੋ ਤਾ ਇੰਨਾ ਹੈ ਕਿ ਚਲੋ ਸਾਰਿਆਂ ਦਾ ਸਾਥ ਮਿਲ ਗਿਆ ਹੋਇਆ ਬਾਕੀ ਮੈਂ ਫੇਰ ਤੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ ਉਹਨਾਂ ਇੱਕ ਤੇ ਬਲੱਡ ਓਨਰਸ ਦਾ ਔਰ ਦੂਸਰਾ ਜਿਨ੍ਹਾਂ ਨੇ ਆਪਣੇ ਦਸਵੰਦ ਦੇ ਵਿੱਚੋਂ ਜਿੰਨੀ ਵੀ ਸੇਵਾ ਹੋ ਸਕ ਸਕੀ ਉਹਨਾਂ ਸਾਰਿਆਂ ਨੇ ਪਾਈ ਹੈ ਜਿਨ੍ਹਾਂ ਨੇ ਵੀ ਪਾਈ ਹੈ ਉਹਨਾਂ ਨੇ ਵੱਧ ਚੜ ਕੇ ਸੇਵਾ ਕੀਤੀ ਹੈ ਪਰਮਾਤਮਾ ਵਾਹਿਗੁਰੂ ਉਹਨਾਂ ਦਾ ਤਿਲ ਫੁੱਲ ਲੇਖੇ ਲਾਉਣ ਇਹ ਬੱਚੀ ਜਲ ਤੋਂ ਜਲਦ ਠੀਕ ਹੋ ਜਾਵੇ ਜਸਪ੍ਰਿਤ ਗੌਰਵੀ ਨਾਰਮਲ ਬੱਚਿਆਂ ਦੀ ਤਰ੍ਹਾਂ ਜ਼ਿੰਦਗੀ ਜੀਏ ਇਸ ਬੱਚੀ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਉਹ ਬੱਚੀ ਲੰਘ ਰਹੀ ਹੈ ਫਿਰ ਤੋਂ ਮੈਂ ਇੱਕ ਵਾਰ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਆਪਣੇ ਦਸਵੰਦ ਦੇ ਵਿੱਚੋਂ ਜਿੰਨਾ ਬਣਿਆ ਸਰਿਆ ਇਸ ਬੱਚੀ ਦੇ ਲਈ ਦਿੱਤਾ ਔਰ ਉਹ ਵੀਰ ਦਾ ਮੈਨੂੰ ਨਹੀਂ ਪਤਾ ਜਿਨ੍ਹਾਂ ਨੇ 1 ਲੱਖ ਅਮਾਉਂਟ ਜਿਹੜੀ ਦਿੱਤੀ ਹੈ ਤਾਂ ਮੈਂ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਆ ਇਸ ਬੱਚੀ ਦੇ ਵੱਲੋਂ ਇੱਕ ਵਾਰੀ ਫਿਰ ਤੋਂ ਸਾਰਿਆਂ ਦਾ ਧੰਨਵਾਦ ਕਰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ